ਮੇਰਾ ਬੇਟਾ ਜੀ, ਮੈਂ ਹੋਈ ਤਾਂ ਉਹਨੂੰ ਹੋਟਲ ਹੀ ਕੱਢ ਕੇ, ਮੈਂ ਵੀ ਤੁਹਾਨੂੰ ਇਹ ਕਹਿ ਸਕਦਾ ਮੇਰਾ ਬੇਟਾ ਦਾ ਮੇਰਾ ਬੇਟਾ ਦਾ ਮੇਰਾ ਬੇਟਾ ਮੈਂ ਗੱਲ ਕਰਦਾ ਫਿਰ ਦੇਖੋ ਮੇਰੀ ਨਾ ਗੱਲ ਤਾਂ ਉਹ ਗੱਲ ਆਪਾਂ ਨਹੀਂ ਸਕੇ ਉਹ ਕੋਈ ਨਹੀਂ ਕੈਮਰੇ ਮੈਂ ਕਹ ਕੈਮਰੇ ਕਰ ਲਓ ਅਸੀਂ ਹੋਏ ਨਾ ਅਸੀਂ ਜਿੰਮੇ ਮਾਰ ਜੀ ਦੇਖੋ ਲੇਡੀਜ਼ ਦਾ ਕਿੰਨਾ ਗਲਤ ਹੋਇਆ ਦੇਖੋ ਨਹੀਂ ਮੈਂ ਅਜੀ ਤੇ ਗਲਤ ਹੈ ਭਾਜੀ ਅਸੀਂ ਛੱਡਿਆ ਮੈਂ ਕਿ ਮਗਰ ਸ਼ਰਮ ਪਿੱਛੇ ਬੈਠਾ ਸੀਗਾ ਮੈਂ ਇਹਦਾ ਵੀਜ਼ਾ ਦਾ ਸਕਾ ਭਰਾ ਵਾਂ ਮੈਂ ਨਾ ਮੰਮਾ ਦੇ ਪਿੱਛੇ ਬੈਠ ਕੇ ਨਾ ਇੱਥੇ ਆਪਾਂ ਆ ਰਹੇ ਸੀਗੇ ਆਪਾਂ ਮੂਵੀ ਦੇਖਣ ਜਾ ਰਹੇ ਸੀਗੇ ਫਿਰ ਆਪਾਂ ਆਏ ਆਪਾਂ ਆਪਣੀ ਸਾਈਡ 'ਤੇ ਸੀਗੇ ਉਹ ਨਾ ਪਿੱਛੇ ਦੇਖਦੇ ਪਏ ਆਪਾਂ ਆਉਂਦੇ ਪਏ ਉਹਨਾਂ ਸਾਡੇ ਵਿੱਚ ਮਾਰੀ ਆਪਾਂ ਇੱਥੇ ਆਈ ਮੰਮਾ ਕਹਿੰਦੇ ਤੁਸੀਂ ਸਾਡੀ ਐਕਟੀਵਾ ਜਿਹੜੀ ਤੋੜੀ ਹੈ ਠੀਕ ਕਰਾ ਕੇ ਦਿਓ ਮੇਰੀ ਮੰਮਾ ਨਾਲ ਹੱਥ ਪਾਈ ਆਉਣ ਲੱਗ ਗਈ ਮੰਮਾ ਨੂੰ ਮੇਰੇ ਬੋਲੇ ਇੱਥੇ ਫਿਰ ਇੱਥੇ ਆਏ ਮੇਰੀ ਮੰਮਾ ਨੂੰ ਆ ਕੇ ਨਾ ਉਹਨਾਂ ਨੇ ਹੱਥੋਂ ਪਾਈ ਕੀਤੀ ਫਿਰ ਇੱਥੇ ਆਏ ਮੇਰਾ ਪਾਪਾ ਸੀਗੇ ਨਾ ਪਾਪਾ ਇੱਥੇ ਹੀ ਸੀਗੇ ਮੇਰੇ ਪਾਪਾ ਨੂੰ ਬੁਲਾਇਆ ਪਾਪਾ ਨਾਲ ਹੱਥੋਂ ਪਾਈ ਕਰਨ ਲੱਗੇ ਮੈਂ ਧੱਕਾ ਮਾਰਿਆ ਅਤੇ ਇੱਕ ਮੁੰਡਾ ਸੀਗਾ ਉਹਨੇ ਮੇਰੇ ਮਾਰੇ ਚਪੇੜਾਂ ਨਹੀਂ ਜਾਣਦੇ ਨਹੀਂ ਸੀਗੇ ਮੇਰੇ ਮਾਰੇ ਉਸ ਤੋਂ ਬਾਅਦ 'ਚ ਫਿਰ ਬਾਕੀ ਦੋ ਭਰਾ ਆਏ ਵੀ ਸਾਡੇ ਉਹ ਆਏ ਉਹਨਾਂ ਨਾਲ ਹੱਥੋਂ ਪਾਈ ਹੋਈ ਉਹਨਾਂ ਨੇ ਉਹਨਾਂ ਹੀ ਨੱਕ 'ਤੇ ਮਾਰਿਆ ਖੰਡਾ ਖੂਨ ਆਉਣ ਲੱਗ ਗਿਆ ਉਹਨਾਂ ਦੇ ਪੁਲਿਸ ਵਾਲੇ ਬਿਲਕੁਲ ਸਾਹਮਣੇ ਚੌਂਕ 'ਚ ਖੜੇ ਹੋ ਕੇ ਦੇਖ ਰਹੇ ਸੀ ਕੋਈ ਪੁਲਿਸ ਵਾਲਾ ਕੋਲ ਨਹੀਂ ਆਇਆ ਨਹੀਂ ਇਹ ਇੱਕ ਵਾਰ ਨਹੀਂ ਸੀ ਮੇਰੇ ਨਾਲ ਨਹੀਂ ਕਈ ਵਾਰ ਪੁਲਿਸ ਵਾਲੇ ਉੱਥੇ ਖੜੇ ਹੁੰਦੇ ਨੇ ਕਈ ਲੇਡੀਜ਼ ਦੇ ਨਾਲ ਇੱਦਾਂ ਹੁੰਦਾ ਬਟ ਪੁਲਿਸ ਵਾਲਾ ਕੋਈ ਵੀ ਅੱਗੇ ਨਹੀਂ ਮਹਿਲਾ ਨੂੰ ਨਹੀਂ ਸੁਰੱਖਿਆ ਹੈ ਹੀ ਨਹੀਂ ਕੁੱਟਦੇ ਰਹੇ ਤੇ ਤਮਾਸ਼ਾ ਦੇਖਦੇ ਰਹੇ ਹਾਂਜੀ ਹਾਂਜੀ ਮੇਰਾ ਰਾਹੁਲ ਕੁਮਾਰ ਮਾਮਲਾ ਕੁਛ ਵੀ ਨਹੀਂ ਹੋਇਆ ਵੀਰੇ ਮੈਂ ਉਧਰੋਂ ਆ ਰਿਹਾ ਸੀਗਾ ਕ੍ਰੋਸਿੰਗ ਆ ਮੈਂ ਉਧਰੋਂ ਆ ਰਿਹਾ ਮੈਂ ਆਪਣੀ ਬਿਲਕੁਲ ਸਹੀ ਸਾਈਡ 'ਤੇ ਆ ਰਿਹਾ ਚਲੋ ਆਪਾਂ ਨੂੰ ਰੋਂਗ ਸਾਈਡ ਵੀ ਕਈ ਵਾਰੀ ਕੋਈ ਕਹਿ ਦੇਵੇ ਠੀਕ ਹੈ ਆਪਾਂ ਸਹੀ ਆ ਰਹੇ ਹਾਂ ਮੈਂ ਬਿਲਕੁਲ ਸਲੋ ਸੀਗਾ ਉਧਰੋਂ ਲੇਡੀਜ਼ ਆ ਰਹੇ ਨਾਲ ਪਿੱਛੇ ਤਾਂ ਬੇਟਾ ਬੈਠਾ ਸੀ ਉਹਨੇ ਦੇਖਿਆ ਗੱਡੀ ਤੇਜ਼ ਆ ਰਹੀ ਆ ਉਹਨੇ ਵਿੱਚ ਲਿਆ ਕੇ ਐਕਟੀਵਾ ਫੁੱਲ ਤੇਜ਼ ਰੇਸ ਦਿੱਤੀ ਸਿੱਧਾ ਵਿੱਚ ਵੱਜੀ ਆ ਗਏ ਉਹ ਤੋਂ ਬਾਅਦ ਡਿੱਗਣ ਤੋਂ ਬਚੇ ਆ ਮੈਂ ਮੈਡਮ ਨੂੰ ਫੜਿਆ ਅਤੇ ਉਹ ਤੋਂ ਬਾਅਦ ਉਹਨੇ ਮੇਰੀ ਚਾਬੀ ਨੂੰ ਹੱਥ ਪਾ ਲਿਆ ਕਹਿੰਦੀ ਤੇਰੇ ਮੈਂ ਚਪੇੜਾ ਮਾਰਨੀ ਆ ਆ ਬੋਲਣ ਦਾ ਤਰੀਕਾ ਕੋਈ ਲੇਡੀਜ਼ ਕਹਿੰਦੀ ਜਿਹਨਾਂ ਮੇਰੀ ਗੱਲ ਹੋਈ ਆ ਮੈਂ ਕਿਹਾ ਮੈਡਮ ਤੁਸੀਂ ਸਾਈਡ 'ਤੇ ਲਾ ਲਓ ਆਪਾਂ ਕੋਈ ਨਾ ਸਾਈਡ 'ਤੇ ਲੱਗ ਕੇ ਗੱਲ ਕਰਦੇ ਹਾਂ ਪੂਰਾ ਜਾਮ ਹੋ ਗਿਆ ਹਾਂ ਬੁਲਟ ਤਾਂ ਸੀਗਾ ਠੀਕ ਹੈ ਮੇਰੇ ਬੁਲਟ ਵੀ ਸਕਰੈਚ ਪਏ ਉਹਨਾਂ ਦਾ ਟਾਪਾ ਟੁੱਟਿਆ ਠੀਕ ਹੈ ਨਾ ਮੈਂ ਕਿਹਾ ਮੈਡਮ ਸਾਈਡ 'ਤੇ ਲਾ ਲਓ ਕੋਈ ਗੱਲ ਨਹੀਂ ਜਿਹੜੇ ਬੰਦੇ ਨੂੰ ਚੱਲ ਪਰ ਉਹ ਤੋਂ ਬਾਅਦ 40 ਮਿੰਟ ਹੋਏ ਆ ਵਿੱਚ ਲੇਡੀ ਸੀ ਜਿਹਦੇ ਨੇ ਕੈਮਰਾ ਚੈੱਕ ਕਰ ਲਓ ਸਾਰੇ ਕਰ ਲਓ ਉਹਨਾਂ ਨੇ ਡਰਿੰਕ ਕੀਤੀ ਹੋਈ ਵਿੱਚ ਕਈਆਂ ਨੇ ਚਿੱਟਾ ਲਾਇਆ ਹੋਇਆ ਸਾਨੂੰ ਦਾਤ ਲੱਗੇ ਹੋਏ ਉਹਨਾਂ ਦੇ ਸਾਨੂੰ ਕਹਿੰਦੇ ਤੁਸੀਂ ਦਾਤ ਲਾਇਆ ਸਾਡੀਆਂ ਜਿੱਬਾਂ ਚੈੱਕ ਕਰ ਲਓ ਕੁੜਤਾ ਹੀ ਸੀ ਨਾ ਵੀ ਇੱਕ ਜੇਬ ਆ ਕੁਛ ਨਹੀਂ ਆ ਕੈਮਰੇ ਲਗਾ ਆ ਕੈਮਰੇ ਲਗਾ ਬੰਦੇ ਝੂਠ ਬੋਲ ਸਕਦੇ ਕੈਮਰਾ ਤੋਂ ਨਾ ਝੂਠ ਬੋਲ ਸਕਦਾ ਆ ਅਜੇ ਕੁਮਾਰੀ ਅਜੇ ਕੁਮਾਰ CMC ਕੋਲ ਵੀਰੇ ਬਦਮਾਸ਼ੀ ਹੋਈ ਹੈ ਠੀਕ ਹੈ ਨਾ 30-40 ਬੰਦੇ ਆਏ ਆ ਉਹਨੇ ਕਹੇ ਦਾਤ ਲਏ ਉਹ ਲਏ ਆ ਬ੍ਰਦਰ ਆ ਮੇਰਾ ਠੀਕ ਹੈ ਨਾ ਸਾਡਾ ਪਿਓ ਨਾਲ ਸੀਗਾ ਇਹਨਾਂ ਨੇ ਪੂਰੀ ਬਦਮਾਸ਼ੀ ਕੀਤੀ ਆ ਕੈਮਰਾ ਚੈੱਕ ਕਰ ਲਓ ਠੀਕ ਹੈ ਨਾ ਜਿੱਥੇ ਗਲਤ ਪਾਏ ਅਸੀਂ ਗੁਨਾਹਗਾਰ ਆ ਬਾ ਜੋ ਜੋ ਕਹੋਗੇ ਆਪਾਂ ਕਰਾਂਗੇ ਬਾਅਦ
ਆਹ ਭਰਾ ਮੇਰਾ, ਮੈਂ ਨਾਲ ਮੇਰੇ ਫਾਜ਼ਰ ਸਾਹਿਬ, ਅਸੀਂ ਲੜਾਈ ਵਾਲੇ ਬੰਦੇ ਨਹੀਂ, ਸਾਡੇ ਅਸੀਂ ਕੰਮ ਵਾਲੇ ਬੰਦੇ ਆ, ਠੀਕ ਹੈ ਨਾ, ਤਾਂ ਤੈਨੂੰ ਖੜੇ ਹਾਂ, ਅਸੀਂ ਕੋਈ ਉਹ ਨਹੀਂ ਹੈਗੇ, ਉਹ ਜਿਹੜੇ ਵਿਹਲੜ ਹੈ ਉਹ ਖੜੇ 40 ਮਿੰਟ। ਹਾਂਜੀ ਬਾਈ, ਤਿੰਨ ਬੰਦੇ ਸੀਗੇ, ਉਹ ਪੁਲਿਸ ਕੁਛ ਸਮਝੇ ਨਹੀਂ ਉਹਨੂੰ, ਐਸ ਐਚ ਓ ਦਾ ਹੋਣਾ ਆ, ਗੱਡੀਆਂ ਦੋ ਪੁਲਿਸ ਹੋਣ ਆਈਆਂ, ਉਹ ਦੋ ਬੰਦੇ ਸੀਗੇ ਪੁਲਿਸ ਵਾਲੇ, ਭਾਵੇਂ ਪੀ ਸੀ ਵਾਲੇ ਸੀ, ਕੌਣ ਸੀ ਆਈ ਡੋਂਟ ਨੋ, ਬਟ ਬਾਬੂ ਜੀ ਚਲੋ, ਜਿਹਦੇ ਇੱਕ ਸੱਟ ਲੱਗੀ ਨਾ, ਜਿੱਦਾਂ ਤੁਸੀਂ ਖੜੇ ਨਾ ਸਾਰੇ, ਕਈ ਤਮਾਸ਼ਾ ਦੇਖ ਰਹੇ ਆ, ਕਈ ਗੱਲਾਂ ਸੁਣ ਰਹੇ ਆ, ਉਹ ਬੰਦਾ ਕਿ ਰਗੜਿਆ ਵਿੱਚ, ਇੱਕ ਬੰਦਾ ਵਿੱਚ ਰਗੜਿਆ ਗਿਆ, ਉਹ ਬੰਦਾ ਤਾਂ ਹੈ ਕਿ ਨਹੀਂ ਹੈ, ਠੀਕ ਹੈ ਨਾ, ਉਹ ਨਹੀਂ ਆ, ਉਹ ਜਿਹੜਾ ਆਇਆ ਪਤਾ ਨਹੀਂ, ਲੇਟ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ, ਜਿਹੜੇ ਬਦਮਾਸ਼ੀ ਪੂਰੇ ਹੋਈ ਆ। ਸਰ ਜੀ ਉਹ ਆ ਰਹੇ ਸੀਗੇ, ਘਰ ਦੇ ਆ ਰਹੇ ਸੀਗੇ ਮੇਰੇ, ਸਰ ਜੀ ਉਹਨਾਂ ਨੇ ਮਾਰੀ ਵਿੱਚ ਮਾਰੀ, ਬਾਅਦ 'ਚ ਪਤਾ ਨਹੀਂ ਕੀ ਹੋਇਆ, ਆਪਾਂ ਇਹ ਖੰਡੇ ਮਾਰਨ ਲੱਗ ਗਏ ਜੀ, ਸਰ ਜੀ ਮੇਰੇ ਖੰਡਾ ਸੀਗਾ ਜੀ, ਦਾਤ ਸੀਗਾ ਜੀ, ਕੜਾ ਸੀਗਾ ਜੀ, ਹੋਰ ਪਤਾ ਨਹੀਂ, ਪੰਚ ਸੀਗਾ ਜੀ, ਹੋਰ ਪਤਾ ਨਹੀਂ ਕੀ ਸੀਗਾ, ਸਾਰੇ ਜਗ੍ਹਾ ਮਾਰੇ ਮੇਰੇ। ਹਾਂਜੀ ਸਾਰਾ ਨੱਕ ਮਾਰ ਗਿਆ, ਸਾਰਾ ਨੱਕ ਮਾਰ ਗਿਆ ਜੀ ਮੇਰਾ। ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ? ਖੁੱਡ ਮੁੰਡੇ ਜੀ। ਨਹੀਂ ਸਾਨੂੰ ਜਾਣਦੇ ਹੀ ਨਹੀਂ ਸੀਗੇ ਜੀ, ਸਾਨੂੰ ਜਾਣਦੇ ਨਹੀਂ ਸੀਗੇ, ਪਤਾ ਨਹੀਂ ਕੌਣ ਆ, ਲੇਡੀ ਸੀਗੇ ਜੀ, ਉਹਨਾਂ ਨੂੰ ਛੇੜਿਆ ਆ, ਪਤਾ ਨਹੀਂ ਅਤੇ 5 ਤੋਂ 6 ਜਾਣੇ ਸੀਗੇ ਜੀ, ਬਾਈਕ ਵਾਲੇ ਸੀਗੇ, ਬਾਈਕ ਆ ਖੜੀ ਭੱਜ ਗਏ ਪਤਾ ਨਹੀਂ ਕਿੱਥੇ, ਉਹ ਜੀ ਉਹ ਉਹੀ ਸੀਗੇ ਜਿਹੜੇ ਭੱਜੇ ਸੀਗੇ, ਉਹੀ ਸੀਗੇ ਮੁੰਡੇ। ਹਾਂਜੀ ਸਰ ਜੀ ਆਹ ਚੌਂਕ ਹੈਗਾ ਅਗਲਾ, ਪਤਾ ਨਹੀਂ ਕਿਹੜਾ ਚੌਂਕ ਆ, ਸੀਗੀ ਇੱਥੇ ਪੁਲਿਸ ਸੀਗੀ, ਪਹੁੰਚੀ ਨਹੀਂ ਮੌਕੇ 'ਤੇ ਸਰ ਜੀ, ਪਹੁੰਚੀ ਨਹੀਂ ਮੌਕੇ 'ਤੇ, ਆਹ ਦੇਖ ਲਓ ਜੀ, ਆਹ ਦੇਖ ਲਓ ਜੀ, ਆਇਆ ਜੀ ਘਰ ਦੇ ਆ ਰਹੇ ਜੀ ਇੱਥੇ, ਉਹ ਸਰ ਜੀ ਮੈਂ ਸਟੱਡੀ ਕਰਦਾ 11ਵੀਂ 'ਚ।